खेती बिलों के विरोध में आज अमृतसर से एक जत्था दिल्ली के लिए रवाना हुआ, जो कि पंजाब के अलग अलग जिलों से आया हुआ था। किसान संघर्ष कमेटी अमृतसर में बायां ब्यास दिल्ली के लिए रवाना किया। भारी संख्या में ट्रैक्टर ट्रॉली में किसान भरकर पत्रकारों से बातचीत करते हुए किसान मजदूर संघर्ष कमेटी का जनरल सेक्रेटरी सरवन सिंह पड़ेर ने बताया कि जब तक तीनों खेती बिल नहीं होते हैं वापस, किसानों की बात नहीं मानी जाती है, तब तक यह जत्थे ऐसे ही दिल्ली की तरफ कूच करते रहेंगे। उन्होंने और क्या कुछ कहा है, सुनिए। मैं सरवन सिंह पंधेर किसान मजदूर संघर्ष कमेटी का सूबा जनरल सकत्तर बोलता जी। सर किनवा जथा जिहड़ा वा पंधेर जी जा रहा जी? ये किसान मजदूर संघर्ष कमेटी का 27वां जथा वा जिहड़ा दिल्ली मोर्चे वालों ब्यास पुल तो रवाना हो रहा, और 15 सितंबर को जिहड़ा 28वां जथा वा वो इस पुल तो ही रवाना होगा। और जदों तक आपां खेती दे कानून रद्द नहीं करवाउंदे, MSP का गरंटी का कानून नहीं बनाउंदे हैगे, बिजली सोध बिल पोल्यूशन वाला एक्ट सारे केस पाए वापस नहीं कराते, उदों तक थोनों अज 21 मिले हाँ, 22 भी मिलेंगे, 23 भी मिलेंगे, 24 भी मिलेंगे, ऐं चलूगा। लम्मा समा हो गया वा, अजे तक सरकारां ने कोई जिहड़ा फैसला नहीं लिया, की कारण आ? देखो मोदी सरकार दे मगर दुनिया के बड़े कारपोरेट घराने आ, विश्व व्यापार संस्था वा, वर्ल्ड बैंक आ, सानू पहले दिन तो पता सी भी जिड्डा वड्डा इंटरनेशनली दबाव आ कारपोरेट घराने पक्षी कानून आ ਇਹ ਛੇਤੀ ਨਾਲ ਰੱਦ ਨਹੀਂ ਹੋਣੇ। ਅਸੀਂ ਲੰਮੇ ਦਾ ਤੋਂ ਇਹ ਨੀਤੀ ਬਣਾ ਕੇ ਹੀ ਸੰਘਰਸ਼ ਕਰ ਰਹੇ ਹਾਂ, ਉਹਦੇ ਤਹਿਤ ਹੀ ਚੱਲ ਰਹੇ ਹਾਂ। ਔਰ ਤੁਸੀਂ ਦੇਖੋ ਦੇਰ ਸਹੀ ਸਵੇਰ ਸਹੀ ਜਿਹੜੀਆਂ ਵੀ ਲਹਿਰਾਂ ਚੱਲੀਆਂ ਨੇ, ਅਸੀਂ ਅੰਗਰੇਜ਼ਾਂ ਨੂੰ ਇੱਥੋਂ ਬਾਹਰ ਕੱਢਿਆ, 200 ਸਾਲ ਦੇਸ਼ ਲੜਿਆ, ਅਸੀਂ 100 ਸਾਲ ਲੜੇ ਹਾਂ, ਬੜੇ ਹੋਰ ਲਹਿਰਾਂ ਦੇਖ ਲਓ, ਬੜਾ ਚਿਰ ਲੰਮੀਆਂ ਲੜਾਈਆਂ ਮੁਗਲਾਂ ਖਿਲਾਫ, ਸਾਨੂੰ 40-40 ਸਾਲ ਜੰਗਲਾਂ 'ਚ ਲੜਨਾ ਪਿਆ, ਤਾਂ ਇਹ ਕਹਿੰਦੇ ਮੁਗਲਾਂ ਨੂੰ ਘੱਟ ਥੋੜ੍ਹੇ ਹੈਗੇ ਜਿਹੜੇ ਕਾਰਪੋਰੇਟ ਕਰਾਉਣੇ ਆ, ਤਾਂ ਲੰਮਾ ਲੜ ਕੇ ਅਸੀਂ ਜਿੱਤਾਂਗੇ। ਅੱਜ ਮੁਜ਼ੱਫਰਨਗਰ ਦੇ ਵਿੱਚ ਜਿਹੜਾ ਵਾ ਵੱਡਾ ਸੰਮੇਲਨ ਕੀਤਾ ਜਾ ਰਿਹਾ ਵਾ, ਪਰ ਉਧਰ ਤੋਮਰ ਦੇ ਜਿਹੜੇ ਬਿਆਨ ਆ ਰਹੇ ਨੇ, ਕਿਸ ਤਰ੍ਹਾਂ ਦੇਖਦੇ ਜੇ ਇਹਨਾਂ ਬਿਆਨਾਂ ਨੂੰ, ਕੀ ਕਹਿਣਾ ਚਾਹੋਗੇ? ਦੇਖੋ ਜੋ ਤੋਮਰ ਬਿਆਨਬਾਜ਼ੀ ਕਰ ਰਹੇ ਆ, ਪਹਿਲਾਂ ਵੀ ਦੇਖਿਆ ਵੀ ਇਹਦੇ ਨਾਲ ਨਿਵੇਸ਼ ਵਧੂਗਾ, ਅਸੀਂ ਜੀ ਖੇਤੀਬਾੜੀ 'ਚ ਬਹੁਤ ਦੇਰ ਪਹਿਲਾਂ ਤੋਂ ਲੋੜ ਸੀਗੀ ਇਹਨਾਂ ਕਾਨੂੰਨਾਂ ਦੀ, ਇਹ ਗੱਲ ਕਹੀ ਆ। ਜਾਂ ਉਹ ਵਾਰ ਵਾਰ ਇਹ ਕਹਿੰਦੇ ਵੀ ਤੁਸੀਂ ਜਿਹੋ ਜਿਹੀਆਂ ਮਰਜ਼ੀ ਚਾਹੋ ਸੋਧਾਂ ਕਰਾ ਲਿਓ, ਇਹ ਵੀ ਕੋਈ ਮਸਲਾ ਨਹੀਂ। ਜਾਂ ਇਹ ਤੋਂ ਕਹਾਂ ਵੀ ਇਹਦੇ ਨਾਲ ਆਮਦਨ ਦੁੱਗਣੀ ਹੋਣੀ ਆ, 22 ਤਾਂ ਆ ਗਿਆ, ਕਿਹੜੀ ਆਮਦਨ ਦੁੱਗਣੀ ਹੋਣੀ? ਅਜੇ ਤੱਕ ਤਾਂ ਸਾਨੂੰ ਦੱਸਿਆ ਨਹੀਂ, ਸਾਡੇ ਬੀਜਾਂ ਦੇ, ਖਾਦਾਂ ਦੇ, ਦਵਾਈਆਂ ਦੇ, ਖੇਤੀ ਮਸ਼ੀਨਰੀ ਅਤੇ ਡੀਜ਼ਲ ਦੇ ਅਸਮਾਨ ਛੂ ਰਹੇ ਰੇਟ, ਸਾਡੀ ਤਾਂ ਆਮਦਨ ਅਕਲਾਂ 'ਤੇ ਅੰਨਿਓ ਘੱਟ ਰਹੀ ਆ, ਤੁਸੀਂ ਕਿਹੜੇ ਪਾਸਾ ਆਪਣਾ ਕਹਿੰਦੇ ਵਧਣੀ? ਤਾਂ ਮੈਨੂੰ ਨਹੀਂ ਲੱਗਦਾ ਤੋਮਰ ਜੀ ਦੇ ਬਿਆਨ ਦਾ ਮਤਲਬ ਆ ਵੀ ਜਿਹੜੀ ਉਹਨਾਂ ਦੇ ਪਾਰਟੀ ਦੇ ਅੰਦਰ, ਭਾਜਪਾ ਦੇ ਅੰਦਰੋਂ ਜਿਹੜੀ ਜ਼ਮੀਨ ਖਿਸਕਦੀ ਆ, ਲੋਕ ਜਿਹੜੇ ਆ ਅੰਦੋਲਨ ਦੇ ਨਾਲ ਆਉਂਦੇ ਆ, ਉਹਨੂੰ ਬਚਾਉਣ ਲਈ ਉਹ ਬਿਆਨਬਾਜ਼ੀ ਕਰਦੇ ਨੇ, ਇਹ ਉਹਨਾਂ ਦਾ ਪਿੱਛੇ ਮਨੋਰਥ ਆ। ਜਿਹੜਾ ਮੁਜ਼ੱਫਰਨਗਰ ਦੀ ਕਿਸਾਨਾਂ ਦੀ ਵੱਡੀ ਮਹਾਰੈਲੀ ਆ, ਲੱਖਾਂ ਦੇ ਇਕੱਠ ਹੋਣੇ ਆ ਉੱਥੇ, ਉਹਦੇ ਵਿੱਚ ਜਿਹੜਾ